ਗੁਰਬਾਣੀ ਦੇ ਨਾਲ ਜੋੜਦੇ ਨੇ। ਗੁਰੂ ਘਰ ਦੇ ਜਿਹੜੇ ਢਾਡੀ
ਕੀ ਹੁੰਦੇ ਨੇ ਉਹ ਗੁਰੂ ਦੀਆਂ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਦੇ ਨੇ ਜੀ ਜੀ ਦਸਮੇਤ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੂੰ ਇਸ ਗੱਲ ਦਾ ਮਾਣ ਹੈ ਕਿ ਦੁਨੀਆਂ ਦੇ ਵਿੱਚ ਵੱਡੀਆਂ ਵੱਡੀਆਂ ਕੌਮਾਂ ਹੋਈਆਂ ਨੇ ਉਹਨਾਂ ਦੇ ਗੁਰੂਆਂ ਨੇ ਪੀਰਾਂ ਨੇ ਬਜ਼ੁਰਗਾਂ ਨੇ ਆਪਣੀ ਕੌਮ ਦੇ ਵਾਸਤੇ ਕੋਈ ਇਤਿਹਾਸ ਨਹੀਂ ਬਣਾਇਆ ਪਰ ਗੁਰੂ ਨਾਨਕ ਦੇ ਪੰਥ ਨੇ ਤਿੰਨ ਕਿਸਮ ਦੇ ਇਤਿਹਾਸ ਬਣਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਇਤਿਹਾਸ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਤਮ ਸਮੇਂ ਤੱਕ ਦਾ ਸਿੱਖ ਇਤਿਹਾਸ ਹੈ ਸ਼ੇਰੇ ਪੰਜਾਬ ਦੇ ਅੰਤਮ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਇਤਿਹਾਸ ਬਣਿਆ ਇਹਨੂੰ ਕਹਿੰਦੇ ਆ ਕੌਮੀ ਇਤਿਹਾਸ ਜਾਂ ਟੋਲੀ ਇਤਿਹਾਸ ਅੱਜ ਦੇ ਜਿਹੜੇ ਵਿਚਾਰ ਕਰਨੇ ਨੇ ਆਪਾਂ ਉਹ ਸਿੱਖ ਇਤਿਹਾਸ ਦੇ ਪੰਨਿਆਂ ਵਿੱਚੋਂ ਸਾਂਝੇ ਕਰਾਂਗੇ ਆਓ ਧਿਆਨ ਦਿਓ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਡ ਹੈ ਤੰਬੋਕੀ ਮਾੜੀ ਉਸ ਪਿੰਡ ਦੇ ਇੱਕ ਰਾਮਗੜੀਆਂ ਤਰਖਾਣਾ ਦਾ ਘਰ ਹੈ ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਮਨਾਈਆਂ ਖੁਸ਼ੀਆਂ ਦੇ ਨਾਲ ਚਾਵਾਂ ਦੇ ਨਾਲ ਇਸ ਬੱਚੇ ਦਾ ਨਾਂ ਰੱਖਿਆ ਸੁੱਖਾ ਸਿੰਘ ਸੁੱਖਾ ਸਿੰਘ ਜਦੋਂ ਛੋਟਾ ਥੋੜਾ ਵੱਡਾ ਹੋਇਆ ਇਹਦਾ ਸੁਭਾਅ ਹੈ ਇਹ ਨਿਆਣਿਆਂ ਦੇ ਵਿੱਚ ਨਹੀਂ ਖੇਡਦਾ ਆਪਣੇ ਹਾਰੀਆਂ ਦੇ ਵਿੱਚ ਨਹੀਂ ਖੇਡਦਾ ਸਗੋਂ ਬਜ਼ੁਰਗਾਂ ਦੇ ਕੋਲ ਬਹਿੰਦਾ ਹੈ ਬਜ਼ੁਰਗਾਂ ਦੀਆਂ ਗੱਲਾਂ ਸੁਣਦਾ ਹੈ ਸਮਾਂ ਬੜਾ ਭਿਆਨਕ ਸੀ ਮੁਗਲਾਂ ਦਾ ਯੁੱਗ ਸੀ ਮੁਗਲਾਂ ਦਾ ਰਾਜ ਸੀ ਔਰ ਮੁਗਲਾਂ ਨੇ ਅੱਧ ਚੁੱਕੀ ਹੋਈ ਸੀ ਜਿਹੜੇ ਪਿੰਡ ਦੇ ਵਿੱਚ ਕੋਈ ਸਿੰਘ ਹੁੰਦਾ ਸੀ ਉਹਨੂੰ ਫੜ ਕੇ ਕਤਲ ਕਰ ਦਿੱਤਾ ਜਾਂਦਾ ਸੀ ਸਿੰਘ ਹੋਣਾ ਇੱਕ ਪਾਪ ਸੀ ਬਜ਼ੁਰਗ ਗੱਲਾਂ ਕਰਦੇ ਨੇ ਕਿ ਅੱਜ ਫਲਾਣੇ ਸਿੰਘ ਨੂੰ ਚੁੱਕ ਲਿਆ ਅੱਜ ਫਲਾਣੇ ਨੂੰ ਕਤਲ ਕਰ ਦਿੱਤਾ ਇਹ ਗੱਲਾਂ ਸੁਣ ਸੁਣ ਕੇ ਸੁੱਖਾ ਸਿੰਘ ਦੇ ਮਨ ਤੇ ਇੱਕ ਗਹਿਰਾ ਅਸਰ ਹੁੰਦਾ ਗਿਆ ਉਹ ਜਿਵੇਂ ਜਿਵੇਂ ਗੱਲਾਂ ਸੁਣਦਾ ਉਹਨਾਂ ਇਹਦਾ ਮਨ ਮਜ਼ਬੂਤ ਹੁੰਦਾ ਗਿਆ ਤੇ ਇਹਨੇ ਆਪਣੇ ਮਨ ਦੇ ਵਿੱਚ ਇੱਕ ਪੱਕਾ ਫੈਸਲਾ ਕਰ ਲਿਆ ਕਿ ਮੈਂ ਵੱਡਾ ਹੋ ਕੇ ਗੁਰੂ ਕਾ ਖਾਲਸਾ ਬਣਾਂਗਾ ਅੰਮ੍ਰਿਤ ਛਕਾਂਗਾ ਗੁਰੂ ਕੇ ਖਾਲਸੇ ਦੀ ਫੌਜ ਤੇ ਭਰਤੀ ਹੋ ਕੇ ਦੇਸ਼ ਦੀ ਮੁਲਕ ਸੇਵਾ ਕਰਾਂਗਾ ਇਹ 14 ਸਾਲ ਦਾ ਹੋਇਆ ਇਹਨੇ ਆਪਣੇ ਇੱਕ ਦਿਨ ਘਰੋਂ ਬਾਹਰ ਨਿਕਲਿਆ ਬਾਹਰ ਕੀ ਨਿਕਲਿਆ ਇਹ ਅੰਮ੍ਰਿਤਸਰ ਜਾ ਪੁੱਜਾ ਅੰਮ੍ਰਿਤਸਰ ਜਾ ਕੇ ਪੰਜ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛਕਿਆ ਗੁਰੂ ਕਾ ਤਿਆਰ ਵਰ ਤਿਆਰ ਖਾਲਸਾ ਛੱਡ ਗਿਆ ਕਾਫੀ ਦਿਨ ਅੰਮ੍ਰਿਤਸਰ ਰਹਿ ਕੇ ਜਦ ਇਹਨੂੰ ਪੂਰਾ ਰੰਗ ਚੜ ਗਿਆ ਇਹ ਇੱਕ ਦਿਨ ਆਪਣੇ ਘਰ ਆਇਆ ਜਦੋਂ ਆਪਣੇ ਘਰ ਆਇਆ ਇਹਦੀ ਮਾਂ ਨੇ ਵੇਖਿਆ ਹੈ ਤਾਂ ਮੇਰਾ ਪੁੱਤਰ ਪਰ ਇਹਨੇ ਭੇਸ ਕਿਹੋ ਜਿਹਾ ਬਣਾਇਆ ਕਿਉਂਕਿ ਇਹੋ ਜਿਹਾ ਭੇਸ ਬਣਾਉਣ ਵਾਲੇ ਦੀ ਖੈਰ ਨਹੀਂ ਸੀ ਅੰਮ੍ਰਿਤ ਛੱਕ ਲੈਣਾ ਸਿੰਘ ਛੱਕਣਾ ਮੌਤ ਦੀ ਸਿੱਧੀ ਰਸਾਨੀ ਸੀ ਮਾਤਾ ਸੁੱਖਾ ਸਿੰਘ ਦੀ ਮਾਤਾ ਦਾ ਦਿਲ ਵਰੁੰਦਰਿਆ ਗਿਆ ਮਾਤਾ ਇਹਦੇ ਬਾਣੇ ਨੂੰ ਵੇਖ ਕੇ ਡਰ ਗਈ ਸੁੱਖਾ ਸਿੰਘ ਨੇ ਨੀਲਾ ਬਾਣਾ ਦੂਰੀ ਦਤਾਰ ਗਾਤਰੇ ਕਿਰਪਾਨ ਹੱਥ ਦੇ ਵਿੱਚ ਆਪਣੇ ਸਿਰ ਨਾਲ ਉੱਚਾ ਬਰਛਾ ਇਹ ਸਾਰਾ ਕੁਝ ਵੇਖ ਕੇ ਮਾਤਾ ਡਰ ਗਈ ਕਿ ਮੇਰੇ ਪੁੱਤ ਦਾ ਹੁਣ ਕੀ ਹੋਵੇਗਾ ਸੁੱਖਾ ਸਿੰਘ ਦੀ ਮਾਤਾ ਸੁੱਖਾ ਸਿੰਘ ਨੂੰ ਸਮਝਾਉਣ ਦਾ ਯਤਨ ਕਰਦੀ ਹੈ ਪੁੱਤਰ ਅੰਮ੍ਰਿਤ ਛੱਕ ਕੇ ਮਾੜਾ ਕੀਤਾ ਚੰਗਾ ਨਹੀਂ ਕੀਤਾ ਅੰਮ੍ਰਿਤ ਛੱਕਣ ਵਾਲੇ ਦੀ ਕੋਈ ਜ਼ਿੰਦਗੀ ਨਹੀਂ ਕਿਸੇ ਨੇ ਤੇਰੀ ਚੁਗਲੀ ਕਰ ਦੇਣੀ ਹੈ ਤੈਨੂੰ ਚੁੱਕ ਲੈਣਾ ਜਾ ਕੇ ਕੈਦ ਕਰ ਦੇਣਾ ਜਾਂ ਕਤਲ ਕਰ ਦੇਣਾ ਪੁੱਤਰ ਇਹ ਬਾਣਾ ਲਾ ਦੇ ਸੁੱਖਾ ਸਿੰਘ ਨੇ ਆਖਿਆ ਮਾਤਾ ਜਿਹੜਾ ਬਾਣਾ ਇੱਕ ਵਾਰੀ ਦਸਵੇਂ ਪਾਤਸ਼ਾਹ ਦਾ ਮੈਂ ਪਾ ਲਿਆ ਇਹ ਹੁਣ ਲਹੇਗਾ ਨਹੀਂ ਮੇਰੀ ਮੈਂ ਜ਼ਿੰਦਗੀ ਚ ਰਵਾਂ ਨਾ ਰਵਾਂ ਮੈਨੂੰ ਇਸ ਗੱਲ ਦਾ ਖਿਆਲ ਨਹੀਂ ਇਸ ਗੱਲ ਦਾ ਮੈਨੂੰ ਕੋਈ ਫਿਕਰ ਨਹੀਂ ਪਰ ਮੈਂ ਦਸਵੇਂ ਪਾਤਸ਼ਾਹ ਦਾ ਪਹਿਨਿਆ ਹੋਇਆ ਬਾਣਾ ਲਾ ਨਹੀਂ ਸਕਦਾ ਸੁੱਖਾ ਸਿੰਘ ਦੇ ਮਾਤਾ ਪਿਤਾ ਨੇ ਬਹਿ ਕੇ ਵਿਚਾਰ ਕੀਤੀ ਕਿ ਇਹਨੂੰ ਇਸ ਰਾਹ ਤੋਂ ਕਿਵੇਂ ਹਟਾਇਆ ਜਾਵੇ ਅਕਸਰ ਉਹਨਾਂ ਨੇ ਫੈਸਲਾ ਕੀਤਾ ਕਿ ਰਾਤ ਨੂੰ ਕੋਈ ਹਿੱਲਾ ਕਰੇਗਾ ਜਦੋਂ ਰਾਤ ਹੋਈ ਸੁੱਖਾ ਸਿੰਘ ਦੇ ਖਾਣੇ ਦੇ ਵਿੱਚ ਇਹਨਾਂ ਨੇ ਇੱਕ ਨਸ਼ੇ ਵਾਲੀ ਚੀਜ਼ ਲਾ ਦਿੱਤੀ ਸੁੱਖਾ ਸਿੰਘ ਪੂਰੀ ਨੀਂਦ ਸੌਂ ਗਿਆ ਸੁੱਤੇ ਪਏ ਦੇ ਕੇਸ ਖਤਮ ਕਰ ਦਿੱਤੇ ਜਦੋਂ ਇਹ ਸਵੇਰੇ ਉੱਠਿਆ ਆਪਣੇ ਸਿਰ ਤੇ ਹੱਥ ਮਾਰਿਆ ਦਸਵੇਂ ਪਾਤਸ਼ਾਹ ਦੀ ਦਸਤਾਰ ਇਹਦੇ ਸਿਰ ਤੇ ਨਹੀਂ ਗੁਰੂ ਕੀ ਮੋਹਰ ਗੁਰੂ ਦੇ ਕੇਸ ਇਹਦੇ ਸਿਰ ਤੇ ਨਹੀਂ ਇਹਨੇ ਆਪਣੇ ਮਾਂ ਬਾਪਾਂ ਨੂੰ ਜੋ ਕੁਝ ਕਹਿਣਾ ਸੀ ਕਿਹਾ ਔਰ ਆਪਣੇ ਘਰੋਂ ਭੱਜ ਤੁਰਿਆ ਬਾਹਰ ਆ ਕੇ ਇਹ ਫੇਰ ਬਾਹਰ ਨੂੰ ਭੱਜਿਆ ਜਾਂਦਾ ਹੋਇਆ ਪਿੰਡ ਦੇ ਆਪਣੇ ਪੈਂਚ ਦੀ ਘੋੜੀ ਖੋਲੀ ਘੋੜੀ ਤੇ ਸਵਾਰ ਹੋਇਆ ਅੰਮ੍ਰਿਤਸਰ ਜਾ
ਗ੍ਰਿਫਤਾਰ ਕੀਤਾ ਔਰ ਜੰਗਲਾਂ ਦੇ ਵਿੱਚ ਗਿਆ। ਜੰਗਲਾਂ ਦੇ ਵਿੱਚ ਜਾ ਕੇ ਸ਼ਾਮ ਸਿੰਘ ਦੇ ਜੱਥੇ ਦੇ ਸਾਹਮਣੇ ਹੋ ਗਿਆ। ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਤਿਆਰ ਪਰ ਤਿਆਰ ਖਾਲਸਾ ਬਣ ਗਿਆ, ਪੰਜ ਦੇ ਵਿੱਚ ਰਲ ਗਿਆ। ਕੁਝ ਸਮਾਂ ਲੱਗਿਆ, ਸਮੇਂ ਦੇ ਕਾਜ਼ੀ ਨੇ, ਲਾਹੌਰ ਦੇ ਸੂਬੇਦਾਰ ਨੇ ਕਾਜ਼ੀਆਂ ਨੂੰ ਇਕੱਠੇ ਕਰਕੇ ਪੁੱਛਿਆ ਕਿ ਹਜ਼ਾਰਾਂ ਸਿੰਘਾਂ ਨੂੰ ਹਰ ਰੋਜ਼ ਕਤਲ ਕਰਦੇ ਹਾਂ ਪਰ ਇਹ ਮੁੱਕਦੇ ਕਿਉਂ ਨਹੀਂ। ਇੱਕ ਕਾਜ਼ੀ ਨੇ ਅੱਗੇ ਹੋ ਕੇ ਆਖਿਆ, ਸੂਬੇਦਾਰ ਸਾਹਿਬ, ਬਸ ਇੱਕ ਕਾਰਨ ਹੈ, ਇਹ ਖਤਮ ਨਹੀਂ ਹੁੰਦੇ। ਸੂਬੇਦਾਰ ਨੇ ਆਖਿਆ, ਕੀ ਕਾਰਨ ਹੈ? ਇੱਕ ਕਾਜ਼ੀ ਨੇ ਦੱਸਿਆ, ਅੰਮ੍ਰਿਤਸਰ ਦਾ ਜਿਹੜਾ ਸਰੋਵਰ ਹੈ ਨਾ, ਉਹਦੇ ਵਿੱਚ ਇਹਨਾਂ ਦਾ ਗੁਰੂ ਕੋਈ ਇਹੋ ਜਿਹਾ ਆਪੇ ਹੱਥ ਪਾ ਕੇ ਗਿਆ, ਜਦੋਂ ਇਹਨਾਂ ਨੂੰ ਮਾਰਦੇ ਆ, ਵੱਟਦੇ ਆ, ਜਿੰਨੇ ਮਰਜ਼ੀ ਫੱਟੜ ਹੋਣ, ਉਸ ਸਰਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਨੌਂ ਨੌਂ ਉਸੇ ਤਰ੍ਹਾਂ ਦੇ ਫੇਰ ਹੋ ਜਾਂਦੇ ਨੇ, ਇਹ ਖਤਮ ਨਹੀਂ ਹੋ ਸਕਦੇ। ਸੂਬੇਦਾਰ ਜ਼ਕਰੀਆ ਖਾਨ ਨੇ ਆਖਿਆ, ਅੰਮ੍ਰਿਤਸਰ ਦੇ ਚਾਰ ਚਫੇਰੇ ਘੇਰਾਬੰਦੀ ਕਰ ਲਿਓ, ਦਰਬਾਰ ਸਾਹਿਬ ਨੂੰ ਘੇਰ ਲਿਓ, ਸਰੋਵਰ ਨੂੰ ਘੇਰ ਲਿਓ, ਕੋਈ ਵੀ ਸਿੰਘ ਨਾ ਦਿਨੇ ਨਾ ਰਾਤ ਇੱਥੇ ਆਉਣਾ ਨਾ ਪਾਵੇ। ਪਰ ਗੁਰੂ ਕੇ ਸਿੰਘ ਇੰਨੀ ਸਖਤਾਈ ਦੇ ਬਾਵਜੂਦ ਵੀ ਕਦੇ ਇਸ਼ਨਾਨ ਕਰ ਜਾਂਦੇ ਨੇ ਭੇਸ ਬਦਲ ਕੇ, ਕਦੇ